ट्यूटूबाने वालों वाहेगुरु जी का खालसा वाहेगुरु जी की फतेह। दोस्तों मैं पंजाब वासियों नूं बेनती करदा वां वी सन्नी देओल दी फिल्म गदर 2 आ रही आ ते सन्नी देओल मेरा भरा प्रमोशन करदा फिरदा वा ते लोकां नूं तो कहिंदा वा कि फिल्म देखो ते मैं तुहानूं बेनती करना चाहुंदा वां वी इहदी फिल्म कोई ना देखिओ। इह जिहड़ा मेरा भरा हैगा वा आ एम पी दा कैंडीडेट आ बीजेपी दा ते दूजी गल आ भी इहने कोल प्रमोशन वास्ते तां टाइम हैगा वा पंजाब आउण दा पर साडे पंजाब दे लोक चिट्टे ना मर गए। इहने कदे भी आ के फिर रौला नहीं पाया कदे मुद्दा नहीं चक्किया। हड़ां दे विच साडे पंजाबी लोक दे घर बर्बाद हो गए। बुढ़े नाल ने बहुत बर्बादी कीती पर इहनां दे परिवार ने एक पंजी नहीं दित्ती पंजाब नूं गुरां क्योंकि मोदी तों डर लगदा वा। जे आप 5-7 करोड़ दे देंगे या 10 करोड़ दे देंगे तो मोदी तो भी डर लगता वा। पंजाब ना मतरेई माला शुरू किया वा। इन्हें पंजाब बेरोजगारी फैली हुई आ ते साडे एम पी साहब कदे दिखे भी है नहीं। गुरदासपुर दे बच्चे दे कोल पोस्टर लगे ते उत्थे भी गमसदा रहे पर उत्थे भी इन्होंने कोई दिमाग नहीं। अगर पंजाबी आ बोली जाते अज हैगा वा अकल देन दा मौका। ते टीटू बाणिया 11 अगस्त नूं एम बी डी मॉल दे मूहरे जिते फिल्म लगती है उत्थे धरना ला रहा वा। तो तुसी भी वध तों वध बाइकाट करो तां जो इस परिवार नूं अपनी गलती दा एहसास होवे वी असीं फिल्मां दी प्रमोशन करन वास्ते तां पंजाब विच आ जांदे आ पर लोकां दे हक्कां वास्ते असीं पंजाब दे विच नहीं आउंदे। जिहड़ा मेरा भरा सन्नी देओल हैगा वा ਉਹ ਸਰਕਾਰੀ ਗਨਮੈਨ ਲਈ ਕਰਦਾ ਵਾ ਸਰਕਾਰੀ ਖਰਚੇ 'ਤੇ ਸਾਰਾ ਕੁਛ ਚੱਲਦਾ ਵਾ ਅਤੇ ਲੇਕਿਨ ਜਦੋਂ ਪੰਜਾਬ ਦੀ ਗੱਲ ਹੋ ਜਾਂਦੀ ਆ ਦੋਸਤੋ ਆਹ ਮੂੰਹ 'ਚ ਬੱਬਲ ਗਮ ਪਾ ਲੈਂਦੇ ਨੇ। ਪੰਜਾਬੀਆਂ ਨੂੰ ਇਹਨੇ ਇਹਨੂੰ ਐਡਾ ਵੱਡਾ ਸਟਾਰ ਬਣਾਇਆ ਪਰ ਇਹਨੇ ਪੰਜਾਬ ਵਾਸਤੇ ਕੁਛ ਨਹੀਂ ਕੀਤਾ। ਇਹਦੀ ਫਿਲਮਾਂ ਦੇ ਵਿੱਚ ਵੀ ਦੂਜੇ ਨੂੰ ਮਾੜਾ ਦੱਸ ਕੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਲ ਹੀ ਲਵਾਉਂਦਾ ਵਾ। ਦੂਜੇ ਸਾਡਾ ਹਿੰਦੁਸਤਾਨ ਜ਼ਿੰਦਾਬਾਦ ਹੈ ਰਹੇਗਾ ਆਹ ਸਾਰਿਆਂ ਨੂੰ ਪਤਾ ਵਾ ਪਰ ਕਿਸੇ ਨੂੰ ਅਸੀਂ ਮੁਰਦਾਬਾਦ ਕਹਿ ਕੇ ਯਾਨੀ ਆਪਣੇ ਆਪ ਨੂੰ ਅਸੀਂ ਜਿੰਦਾਬਾਦ ਨਹੀਂ ਕਹਿੰਦੇ ਅਸੀਂ ਹਿੰਦੁਸਤਾਨੀ ਅਸੀਂ ਭਾਰਤੀ ਲੋਕ ਆਖਰਾਂ। ਪਰ ਇਹਦੀ ਫਿਲਮਾਂ ਦੇ ਵਿੱਚ ਵੀ ਕੋਈ ਯਾਨੀ ਬਾਲਾ ਤੱਤ ਨਹੀਂ ਆ। ਅੱਜ ਮੈਂ ਪਹਿਲਾਂ ਗਦਰ ਦੇਖੀ ਸੀ ਇਹਦੇ ਵਿੱਚ ਵੀ ਉਹੀ ਹੋਣਾ ਵਾ ਕਿਉਂਕਿ ਦੇਸ਼ ਨੂੰ ਦੇਸ਼ ਨਾਲ ਨਫ਼ਰਤ ਕਰਾਉਣਾ ਆਹ ਇਹਦੀਆਂ ਫਿਲਮਾਂ ਵਿੱਚ ਦਿਖਾਇਆ ਜਾਂਦਾ ਵਾ ਅਗਰ ਆਹ ਦਿਖਾਇਆ ਜਾਂਦਾ ਵਾ ਵੀ ਦੂਜਾ ਮੁਲਕ ਸਾਡੇ ਨਾਲ ਗਲਤ ਕਰ ਰਿਹਾ ਵਾ ਅਸੀਂ ਉਹਦੇ ਨਾਲ ਸਹੀ ਕਰ ਰਹੇ ਹਾਂ। ਲੇਕਿਨ ਅੱਜ ਤਾਂ ਆਹੀ ਬੇਨਤੀ ਕਰਦੇ ਹਾਂ ਵੀ ਇਹਦੀ ਫਿਲਮ ਨਾ ਦੇਖਿਓ ਤਾਂ ਜੋ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ। ਅਤੇ ਟਿਊਟੂ ਵਾਲਿਆਂ ਵਾਅਦਾ ਕਰਦਾ ਵਾ ਵੀ ਮੈਂ ਇੱਕ ਮਾਮਲੇ ਜਿਹਾ ਬੰਦਾ ਵਾਂ ਚਲੋ ਮੇਰਾ ਵੀ ਪੰਜਾਬ ਦੇ ਵਿੱਚ ਨਾਂ ਹੈਗਾ ਵਾ। ਪੰਜਾਬ ਦੇ ਵਿੱਚ ਤੁਸੀਂ ਬਿਜ਼ਨਸ ਕਰਨ ਤਾਂ ਆ ਜਾਂਦੇ ਹੋ ਵੀ ਸਾਡੀ ਫਿਲਮਾਂ ਦੇਖੋ ਪ੍ਰਮੋਸ਼ਨ ਕਰਨ ਪਰ ਹੁਣ ਤੁਹਾਡੇ ਕੋਲ ਟਾਈਮ ਨਹੀਂ ਆ। ਟਿਊਟੂ ਵਾਲੇ ਤੁਹਾਡੇ ਨਾਲ ਵਾਅਦਾ ਕਰਦਾ ਵਾ ਵੀ 5-7-8 ਕਰੋੜ ਦਾ ਘਾਟਾ ਤੁਹਾਨੂੰ ਟਿਊਟੂ ਵਾਲੀਆਂ ਪਵਾਊਗਾ ਅਤੇ ਲੋਕਾਂ ਨੂੰ ਅਪੀਲ ਕਰੂਗਾ ਮੇਰੀ ਫਿਲਮ ਨਾ ਦੇਖੋ ਅਤੇ ਆਪਣੀ ਨਾਰਾਜ਼ਗੀ ਜਤਾਓ। ਬਾਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ। ਤੁਹਾਡੀ ਆਪਣੀ ਭਰੋਸੇਮੰਦ ਅਕੈਡਮੀ ਈ ਪਲੈਨਟ ਆਇਲਸ ਐਂਡ ਇਮੀਗ੍ਰੇਸ਼ਨ ਦਸੂਆ ਜਿੱਥੇ ਆਇਲਸ ਅਤੇ ਪੀਟੀ ਦੇ ਨਾਲ ਲਗਵਾ ਸਕਦੇ ਹੋ ਹਰ ਤਰ੍ਹਾਂ ਦੇ ਸਟੱਡੀ ਤੇ ਵਿਜ਼ਿਟਰ ਵੀਜ਼ਾ। ਮਿਲੋ ਵੀਜ਼ਾ ਐਕਸਪਰਟ ਰਣਵੀਰ ਅਰੋੜਾ ਨਾਲ।